ਦੋਸਤੋ ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਦਾ ਐਲਾਨ ਹੋ ਚੁੱਕਾ ਹੈ ਅਤੇ ਚੋਣ ਅਖਾੜਾ ਭਖਦਾ ਜਾ ਰਿਹਾ ਹੈ। ਅੱਜ ਆਪਾਂ ਗੱਲ ਕਰਾਂਗੇ ਤਾਜ਼ਾ ਹਾਲਾਤਾਂ ਬਾਰੇ ਅਤੇ ਸਾਡੇ ਕੋਲ ਗੱਲ ਕਰਨ ਲਈ ਹਾਜ਼ਰ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਡੀਨ ਡਾਕਟਰ ਰਜਿੰਦਰਪਾਲ ਸਿੰਘ ਬਰਾੜ ਜੀ। ਬਰਾੜ ਸਾਹਿਬ, ਤੁਸੀਂ ਕੀ ਸਮਝਦੇ ਹੋ ਕਿ ਕਿਸ ਪਾਰਟੀ ਦੀ ਸਰਕਾਰ ਬਣੇਗੀ ਪੰਜਾਬ 'ਚ? ਦੇਖੋ, ਇਹ ਗੱਲ ਹੈਗੀ ਹੈ ਕਿ ਇੱਕ ਪੁਰਾਣੀ ਲੋਕ ਕਥਾ ਹੈਗੀ ਹੈ ਕਿ ਕਿਸੇ ਪਿੰਡ ਦੇ ਵਿੱਚ ਇੱਕ ਵਾਰ ਚੋਰੀ ਹੋ ਗਈ ਅਤੇ ਥਾਣੇਦਾਰ ਆ ਗਿਆ, ਉਹਨੇ ਸਾਰੇ ਪਿੰਡ ਤੋਂ ਪੁੱਛਣਾ ਸ਼ੁਰੂ ਕਰਤਾ ਕਿ ਭਾਈ ਚੋਰੀ ਕਿਹਨੇ ਕੀਤੀ ਹੈ, ਚੋਰੀ ਕਿਹਨੇ ਕੀਤੀ ਆ, ਕਿਸੇ ਨੂੰ ਕੁੱਟੀ ਜਾਵੇ, ਕਿਸੇ ਨੂੰ ਪਿਚਕਾਰੀ ਜਾਵੇ। ਇੱਕ ਅਮਲੀ ਕਹਿੰਦਾ ਜੀ ਮੈਂ ਦੱਸਦਾ ਚੋਰੀ ਕਿਹਨੇ ਕੀਤੀ ਆ, ਪਰ ਮਾੜਾ ਜਿਹਾ ਪਾਸੇ ਆ ਜਾਓ। ਪਾਸੇ ਲੈ ਗਿਆ ਅਤੇ ਜਾ ਕੇ ਥਾਣੇਦਾਰ ਨੂੰ ਕਹਿੰਦਾ ਕਿ ਭਾਈ ਚੋਰੀ ਤਾਂ ਕਿਸੇ ਚੋਰ ਨੇ ਕੀਤੀ ਹੈ। ਸੋ ਭਾਈ, ਸਰਕਾਰ ਤਾਂ ਉਸ ਪਾਰਟੀ ਦੀ ਬਣੂਗੀ ਜਿਹਨੂੰ ਲੋਕਾਂ ਨੇ ਵੋਟਾਂ ਪਾਈਆਂ, ਲੋਕਤੰਤਰ ਹੈ। ਹੁਣ ਮਸਲਾ ਤਾਂ ਇਹ ਕਿ ਲੋਕ ਵੋਟਾਂ ਪਾਉਣਗੇ ਕਿਹਨੂੰ? ਇਸ ਵਾਰ ਪੁਰਾਣੀਆਂ ਚੋਣਾਂ ਨਾਲੋਂ ਇਹ ਫਰਕ ਹੈ ਕਿ ਹਜੇ ਤੱਕ ਵੋਟਰ ਨੇ ਆਪਦੇ ਮਨ ਦੀ ਘੁੰਡੀ ਨਹੀਂ ਖੋਲ੍ਹੀ ਕਿ ਖੀਰ ਉਹਨੇ ਵੋਟ ਪਾਉਣੀ ਕਿਹਨੂੰ ਆ, ਉਹਦੇ ਦਿਲ ਵਿੱਚ ਰੱਖੀ ਬੈਠਾ। ਵੈਸੇ ਕਿਸੇ ਨਾ ਕਿਸੇ ਹੱਦ ਤੱਕ ਇਹ ਗੱਲ ਵੀ ਮੰਨੀ ਜਾ ਸਕਦੀ ਹੈ ਕਿ ਇਹ ਡੈਮੋਕਰੇਸੀ ਦੇ ਪ੍ਰੌੜ ਹੋਣ ਦਾ ਪ੍ਰਮਾਣ ਆ ਕਿ ਵੋਟਰ ਆ ਜਿਹੜਾ ਉਹ ਆਪਦੇ ਮਨ ਦੀ ਗੱਲ ਨਹੀਂ ਕਿਸੇ ਨੂੰ ਦੱਸ ਰਿਹਾ। ਡਾਕਟਰ ਸਾਹਿਬ, ਪੰਜਾਬ ਦੇ ਜਿਹੜੇ ਡਿਪਟੀ ਮੁੱਖ ਮੰਤਰੀ ਨੇ ਸੁਖਬੀਰ ਸਿੰਘ ਬਾਦਲ, ਉਹ ਸ਼ੁਰੂ ਤੋਂ ਕਹਿ ਰਹੇ ਨੇ ਕਿ ਅਸੀਂ 25 ਸਾਲ ਰਾਜ ਕਰਾਂਗੇ, ਇਹਦੇ ਬਾਰੇ ਤੁਹਾਡੇ ਕੀ ਰਾਏ? ਦੇਖੋ, ਹਰੇਕ ਜਿਹੜਾ ਪੋਲੀਟੀਕਲ ਪਾਰਟੀ ਦਾ ਸੁਪਰੀਮੋ ਆ ਬੰਦਾ ਹੈ, ਉਹਨੇ ਤਾਂ ਇਹ ਦਾਅਵਾ ਕਰਨਾ ਹੀ ਹੁੰਦਾ ਹੈਗਾ। ਵੱਡੀ ਗੱਲ ਕਿ ਇਹ ਗੱਲ ਦੁਹਰਾਈ ਜਾਊਗੀ ਕਿ ਨਹੀਂ। ਜਦੋਂ ਦਾ ਪੰਜਾਬ ਨਵਾਂ ਪੰਜਾਬ ਬਣਿਆ ਹੈ, ਉਸ ਤੋਂ ਬਾਅਦ ਹਮੇਸ਼ਾ ਹੀ ਇੱਕ ਵਾਰ ਕਾਂਗਰਸ, ਇੱਕ ਵਾਰ ਅਕਾਲੀ, ਇੱਕ ਵਾਰ ਕਾਂਗਰਸ, ਇੱਕ ਵਾਰ ਅਕਾਲੀ ਆਉਂਦੇ ਰਹੇ ਆ। ਪਰ ਪਿਛਲੀ ਵਾਰੀ, ਕਿਉਂਕਿ ਦੋ ਵਾਰ ਲਗਾਤਾਰ ਦੋ ਟਰਮਾਂ ਅਕਾਲੀ ਦਲ ਕੋਲ ਆ ਗਈਆਂ, ਅਤੇ ਇਸ ਕਰਕੇ ਉਹਨਾਂ ਦਾ ਇਹ ਕਹਿਣਾ ਤਾਂ ਬੜਾ ਸੁਭਾਵਿਕ ਹੈ ਕਿ ਅਸੀਂ ਤੀਜੀ ਵਾਰ ਆਵਾਂਗੇ। ਪਰ ਜਿਹੋ ਜਿਹੇ ਪਿਛਲੇ ਸਮੇਂ ਦੇ ਵਿੱਚ ਅਕਾਲੀ ਦਲ ਨੇ ਕੰਮ ਕੀਤੇ ਆ, ਅਤੇ ਜਿਸ ਤਰ੍ਹਾਂ ਦਾ ਉਹਨਾਂ ਦੇ ਅਗੇਂਸਟ ਲੋਕਾਂ ਦਾ ਗੁੱਸਾ ਮਹਿਸੂਸ ਹੋ ਰਿਹਾ, ਲੱਗਦਾ ਨਹੀਂ ਕਿ ਇਹ ਗੱਲ ਸੱਚ ਸਾਬਤ ਹੋਵੇ। ਦੇਖੋ, ਜਿਹੜਾ ਸਭ ਤੋਂ ਵੱਡਾ ਦਾਅਵਾ ਹੈਗਾ ਉਹ ਇਹ ਹੀ ਆ ਕਿ ਅਸੀਂ ਵਿਕਾਸ ਕੀਤਾ। ਜਿੱਦ ਤੱਕ ਵਿਕਾਸ ਦਾ ਮਸਲਾ ਹੈਗਾ ਕਿ ਵਿਕਾਸ ਕੀਤਾ ਤਾਂ ਵਿਕਾਸ ਕੀਤਾ ਕਿਹਦੇ ਲਈ ਆ, ਵਿਕਾਸ ਕੀਤਾ ਕਿਹੜਾ ਹੈਗਾ? ਅਤੇ ਸਭ ਤੋਂ ਵੱਡੀ ਗੱਲ ਕਿ ਵਿਕਾਸ ਆ ਜਿਹੜਾ ਉਹ ਨਾ ਤਾਂ ਨਵੀਆਂ ਬਿਲਡਿੰਗਾਂ ਬਣਾਉਣਾ ਹੁੰਦਾ ਅਤੇ ਨਾ ਹੀ ਉਹ ਸੜਕਾਂ ਬਣਾਉਣਾ ਹੁੰਦਾ ਹੈ। ਸੜਕਾਂ ਜੇ ਬਣਾਈਆਂ ਗਈਆਂ ਤਾਂ ਸੜਕਾਂ ਦੇ ਉੱਤੇ ਟੂਲ ਲੱਗੂਗਾ, ਜੇ ਇਮਾਰਤਾਂ ਬਣਾ ਦਿੱਤੀਆਂ ਗਈਆਂ ਤਾਂ ਉਹ ਇਮਾਰਤਾਂ ਜਿਹੜੀਆਂ ਉਹ ਪ੍ਰਾਈਵੇਟ ਸੰਸਥਾਵਾਂ ਨੇ ਬਣਾ ਲਈਆਂ, ਅਤੇ ਉਹ ਕੋਈ ਵਿਕਾਸ ਨਹੀਂ ਆ। ਵਿਕਾਸ ਉਹ ਹੁੰਦਾ ਹੈਗਾ ਕਿ ਜਦੋਂ ਲੋਕਾਂ ਦਾ ਜੀਵਨ ਪੱਧਰ ਉੱਪਰ ਚੁੱਕਿਆ ਜਾਵੇ, ਵਿਕਾਸ ਉਹ ਹੁੰਦਾ ਹੈਗਾ ਕਿ ਜਦੋਂ ਲੋਕਾਂ ਦਾ ਮਾਨਸਿਕ ਪੱਧਰ ਉੱਪਰ ਚੁੱਕਿਆ ਜਾਵੇ, ਵਿਕਾਸ ਉਹ ਹੁੰਦਾ ਕਿ ਜਦੋਂ ਲੋਕਾਂ ਦਾ ਹੈਪੀ ਇੰਡੈਕਸ ਵਧੇ, ਜਦੋਂ ਲੋਕਾਂ ਦਾ ਖੁਸ਼ੀ ਵਧੇ, ਨਾ ਕਿ ਇਸ ਗੱਲ ਨੂੰ ਅਸੀਂ ਮੰਨੀਏ ਕਿ ਸਾਡੀ GDP ਵੱਧ ਗਈ। GDP ਨਾਲੋਂ ਵੀ ਵਧਣ ਨਾਲੋਂ ਵੱਧ ਜ਼ਰੂਰੀ ਹੈ ਕਿ ਲੋਕਾਂ ਦੇ ਵਿੱਚ ਖੁਸ਼ੀ ਕਿੰਨੀ ਆ, ਲੋਕ ਕਿਸੇ ਸਰਕਾਰ 'ਤੇ ਭਰੋਸਾ ਕਿੰਨਾ ਕਰਦੇ ਆ, ਨਿਆਂ ਦੀ ਆਸ ਕਿੰਨੀ ਰੱਖਦੇ ਹੈਗੇ। ਅਤੇ ਇਸ ਸਰਕਾਰ ਤੋਂ ਇਸ ਤਰ੍ਹਾਂ ਲੱਗਦਾ ਕਿ ਲੋਕਾਂ ਨੂੰ ਅਜਿਹੀ ਆਸ ਨਹੀਂ ਜਾ ਰਹੀ। ਨਹੀਂ, ਇਹਦੇ ਮੁਕਾਬਲੇ 'ਤੇ ਅੱਜ ਕੱਲ੍ਹ ਦੋ ਪਾਰਟੀਆਂ ਨੇ, ਕਾਂਗਰਸ ਔਰ ਆਮ ਆਦਮੀ ਪਾਰਟੀ। ਜੇ ਕਾਂਗਰਸ ਦੀ ਗੱਲ ਕਰੀਏ ਤਾਂ ਕਾਂਗਰਸ 'ਤੇ ਵੀ ਪੰਜਾਬ ਸਰਕਾਰ ਰਹੀ ਹੈ, ਕਾਂਗਰਸ ਦੇ ਰਾਜ 'ਚ ਕਿੰਨਾ ਕੁ ਵਿਕਾਸ ਹੋਇਆ ਉਹਦਾ ਕੰਪੈਰੀਜ਼ਨ ਕਰ ਲਓ। ਦੂਸਰਾ ਕਿ ਆਮ ਆਦਮੀ ਪਾਰਟੀ ਹੈ, ਉਹਨੇ ਦਿੱਲੀ 'ਚ ਕਿੰਨਾ ਕੁ ਵਿਕਾਸ ਕੀਤਾ, ਉਹਦੇ ਮੁਤਾਬਕ ਤੁਸੀਂ ਕੀ ਸਮਝਦੇ ਹੋ ਕਿ ਅਕਾਲੀ ਦਲ ਨਾਲੋਂ ਕੀ ਵੱਖਰਾ ਹੋਏਗਾ ਆਮ ਆਦਮੀ ਪਾਰਟੀ 'ਚ ਜਾਂ ਕਾਂਗਰਸ 'ਚ? ਨਹੀਂ, ਦੇਖੋ, ਇਹ ਗੱਲ ਹੈ ਜੇ ਕਿ ਕਾਂਗਰਸ ਨੇ ਜੇ ਪਿਛਲੇ ਸਮੇਂ ਦੇ ਵਿੱਚ ਗਲਤੀਆਂ ਕੀਤੀਆਂ ਤਾਂ ਤਾਂ ਦੇਸ਼ ਦੇ ਵਿੱਚ ਇੰਨੇ ਚਿਰ ਸਾਰੇ ਦੇਸ਼ਾਂ ਦੇ ਵੀ, ਪ੍ਰਦੇਸ਼ਾਂ ਤੋਂ ਵੀ, ਮੈਂ ਕਿ ਰਾਜਾਂ ਦੇ ਵਿੱਚੋਂ ਵੀ ਉਹ ਪਾਵਰ ਤੋਂ ਬਾਹਰ ਆ। ਇਸੇ ਕਰਕੇ ਪਾਵਰ ਤੋਂ ਬਾਹਰ ਆ ਕਿ ਕਾਂਗਰਸ ਆ ਜਿਹੜੀ ਉਹ ਲੋਕਾਂ ਦੀਆਂ ਆਸਾਂ ਉਮੀਦਾਂ 'ਤੇ ਖਰੀ ਨਹੀਂ ਉਤਰੀ। ਪਰ ਪੰਜਾਬ ਦੇ ਵਿੱਚ ਅਕਾਲੀ ਦਲ ਦਾ ਜਿਹੜਾ ਬਦਲ ਆ, ਜੇ ਲੋਕ ਅਕਾਲੀ ਦਲ ਦੀ ਸਰਕਾਰ ਦੇ ਨਾਲ ਨਾਰਾਜ਼ ਨੇ ਜਾਂ ਉਹਦੇ ਉਲਟ ਵੋਟ ਪਾਉਣਾ ਚਾਹੁੰਦੇ ਆ, ਤਾਂ ਹਮੇਸ਼ਾ ਕਾਂਗਰਸ ਨੂੰ ਪਾਉਂਦੇ ਸੀ। ਤਾਂ ਉਸ ਆਸ ਦੇ ਵਿੱਚ ਹੀ ਪਿਛਲੀ ਵਾਰੀ ਇਹ ਵੀ ਦਾਅਵਾ ਸੀ ਕਿ ਕੈਪਟਨ ਅਮਰਿੰਦਰ ਸਿੰਘ ਜੀ ਨੂੰ ਲੱਗ ਰਿਹਾ ਸੀ ਕਿ ਮੇਰੀ ਸਰਕਾਰ ਬਣੂਗੀ, ਪਰ ਉਹ ਸਰਕਾਰ ਉਹਨਾਂ ਦੀ ਨਹੀਂ ਬਣੀ ਇਸ ਵਾਰ। ਕਿਉਂਕਿ ਦਾਅਵੇਦਾਰੀਆਂ ਦੋ ਨੇ ਕਿ ਆਮ ਆਦਮੀ ਪਾਰਟੀ ਵੀ ਇਸ ਗੱਲ ਦੀ ਦਾਅਵੇਦਾਰੀ ਜਤਾ ਰਹੀ ਹੈ ਕਿ ਮੇਰੀ ਸਰਕਾਰ ਬਣੂ। ਹੋ ਸਕਦਾ ਹੈਗਾ ਕਿ ਲੋਕਾਂ ਦੇ ਮਨਾਂ ਦੇ ਵਿੱਚ ਇਹ ਚੁਣਨਾ ਹਜੇ ਬਾਕੀ ਹੋਵੇ ਕਿ ਜੇ ਉਹ ਅਕਾਲੀ ਦਲ ਨੂੰ ਹਰਾਉਣਾ ਚਾਹੁੰਦੇ ਆ ਤਾਂ ਫਿਰ ਉਹਨਾਂ ਨੇ ਕਾਂਗਰਸ ਨੂੰ ਵੋਟ ਪਾਉਣੀ ਹੈ ਜਾਂ ਆਪ ਨੂੰ ਵੋਟ ਪਾਉਣੀ ਹੈ। ਕਿਤੇ ਨਾ ਕਿਤੇ ਮੈਨੂੰ ਇਹ ਲੱਗ ਰਿਹਾ ਕਿ ਪੰਜਾਬ ਦੇ ਲੋਕਾਂ ਨੇ ਇਸ ਵਾਰ ਹਜੇ ਇਹ ਪੱਕਾ ਫੈਸਲਾ ਨਹੀਂ ਕੀਤਾ ਗਾ ਕਿ ਅਸੀਂ ਕਿਸ ਨੂੰ ਵੋਟ ਪਾਉਣੀ ਹੈ। ਉਹ ਵੋਟ ਪਾਉਣ ਦਾ ਫੈਸਲਾ ਇਸ ਗੱਲ 'ਤੇ ਨਿਰਭਰ ਕਰੂਗਾ ਕਿ ਜੇ ਉਹ ਸਰਕਾਰ ਨਾਲ ਨਾਰਾਜ਼ ਚੱਲ ਰਹੇ ਆ ਤਾਂ ਸਰਕਾਰ ਦੀ ਇਸ ਵੇਲੇ ਦੀ ਸਥਾਪਿਤ ਧਿਰ ਨੂੰ ਕੌਣ ਹਰਾ ਸਕਦਾ? ਜੇ ਉਹਨਾਂ ਨੂੰ ਲੱਗਿਆ ਕਿ ਕਾਂਗਰਸ ਹਰਾ ਸਕਦੀ ਹੈ ਤਾਂ ਕਾਂਗਰਸ ਨੂੰ ਵੋਟ ਪਾ ਦੇਣਗੇ, ਜੇ ਉਹਨਾਂ ਨੂੰ ਲੱਗਿਆ ਕਿ ਆਮ ਆਦਮੀ ਪਾਰਟੀ ਹਰਾ ਸਕਦੀ ਹੈ ਤਾਂ ਆਮ ਆਦਮੀ ਪਾਰਟੀ ਨੂੰ ਵੋਟ ਪਾ ਦੇਣਗੇ। ਇਹ ਹੁਣ ਦੋਹਾਂ ਪਾਰਟੀਆਂ ਦੇ ਸਿਰ ਆਪਣੀ ਚੋਣ ਮੁਹਿੰਮ ਦੇ ਵਿੱਚ ਇਹ ਜਚਾਉਣ ਦੇ ਉੱਤੇ ਗੱਲ ਹੋ ਗਈ ਕਿ ਲੋਕ ਕਿਹਦੀ ਗੱਲ ਨੂੰ ਮੰਨਦੇ ਨੇ। ਅਤੇ ਪੰਜਾਬ ਦੇ ਚੰਗੇ ਭਵਿੱਖ ਵਾਸਤੇ ਤੁਹਾਨੂੰ ਕੀ ਲੱਗਦਾ ਲੋਕਾਂ ਨੂੰ ਕੀ ਕਿਹੜੀਆਂ ਗੱਲਾਂ ਧਿਆਨ 'ਚ ਰੱਖਣੀਆਂ ਚਾਹੀਦੀਆਂ?
ਦੇਖੋ ਹੈ ਗੱਲ ਤਾਂ ਦਰਸ਼ਕ ਜੀ ਹੈ, ਪਰ ਦਰਸ਼ਕ ਜੀ ਗੱਲ ਵੀ ਕਈ ਵਾਰ ਕਿਤੇ ਨਾ ਕਿਤੇ ਉਹਦੇ ਵਿੱਚ ਠੀਕ ਹੁੰਦੀ ਹੈ ਕਿ ਸਾਰੀਆਂ ਪਾਰਟੀਆਂ ਦੇ ਵਿੱਚ ਵੀ ਕੁਝ ਬੰਦੇ ਹੋ ਸਕਦਾ ਚੰਗੇ ਹੋਣ ਅਤੇ ਕੁਝ ਬੰਦੇ ਮਾੜੇ ਹੋਣ। ਘੱਟੋ ਘੱਟ ਜਿਹੜੇ ਬੰਦਿਆਂ ਦਾ ਕ੍ਰਿਮੀਨਲ ਬੈਕਗਰਾਊਂਡ, ਜਿਹੜੇ ਬੰਦਿਆਂ ਦੀ ਆਪਣੀ ਕੋਈ ਕਮਾਈ ਨਹੀਂ, ਸਿਰਫ ਆਪਣੇ ਬਾਪ ਦਾਦੇ ਕਰਕੇ ਪੋਲੀਟਿਕਸ ਵਿੱਚ ਆਏ ਨੇ, ਉਹ ਬੰਦੇ ਕਿ ਜਿਨ੍ਹਾਂ ਦੇ ਬਾਰੇ ਸਾਫ਼ ਪਤਾ ਹੈਗਾ ਕਿ ਇਹਨਾਂ ਦਾ ਚਰਿੱਤਰ, ਇਹਨਾਂ ਦਾ ਕਰੈਕਟਰ ਉੱਚਾ ਸੁੱਚਾ ਨਹੀਂ ਆ, ਕਮ ਸੇ ਕਮ ਕਿਸੇ ਵੀ ਪਾਰਟੀ ਦੇ ਨੁਮਾਇੰਦੇ ਹੋਣ, ਉਹਨਾਂ ਨੂੰ ਵੋਟ 'ਤੇ ਸ਼ਾਇਦ ਨਹੀਂ ਪਾਉਣੀ ਚਾਹੀਦੀ। ਤੁਸੀਂ ਗੱਲ ਕੀਤੀ ਕ੍ਰਿਮੀਨਲ ਬੈਕਗਰਾਊਂਡ, ਕ੍ਰਿਮੀਨਲ ਬੈਕਗਰਾਊਂਡ ਤਾਂ ਮੈਨੂੰ ਐਂ ਲੱਗਦਾ ਕਿ ਜਿਹੜੀਆਂ ਮੌਜੂਦਾ ਧਿਰਾਂ ਨੇ, ਭਾਵੇਂ ਅਕਾਲੀ ਦਲ ਲਾ ਲਓ, ਭਾਵੇਂ ਕਾਂਗਰਸ ਲਾ ਲਓ, ਭਾਵੇਂ ਆਮ ਆਦਮੀ ਪਾਰਟੀ ਲਾ ਲਓ, ਆਮ ਆਦਮੀ ਪਾਰਟੀ ਵੀ ਨਵੀਂ ਪਾਰਟੀ ਆਈ ਹੈ ਪੰਜਾਬ 'ਚ, ਫਸਟ ਟਾਈਮ ਇਲੈਕਸ਼ਨ ਲੜ ਰਹੀ ਹੈ ਵਿਧਾਨ ਸਭਾ ਚੋਣਾਂ ਦੇ, ਪਰ ਮੈਨੂੰ ਲੱਗਦਾ ਕਿ ਜੇ ਤਿੰਨਾਂ ਨੂੰ ਬਰਾਬਰ ਰੱਖੀਏ ਅਤੇ ਕ੍ਰਿਮੀਨਲ ਬੈਕਗਰਾਊਂਡ ਵਾਲੇ ਲੀਡਰਾਂ ਦੀ ਤਿੰਨਾਂ 'ਚ ਕੋਈ ਘਾਟ ਨਹੀਂ, ਲੋਕ ਕਿੱਧਰ ਨੂੰ ਜਾਣ? ਨਹੀਂ ਵੇਖੋ, ਗੱਲ ਇਹ ਹੈਗੀ ਹੈ ਕਿ ਚਾਹੀਦਾ ਤਾਂ ਇਹ ਹੈਗਾ ਕਿ ਲੋਕ ਜੇ ਇਹ ਬੰਦਿਆਂ ਨੂੰ ਅੱਗੇ ਲਿਆਉਣ ਕਿ ਜਿਹੜੇ ਬੰਦੇ ਸੱਚੇ ਸੁੱਚੇ ਹੋਣ, ਜਿਨ੍ਹਾਂ ਦਾ ਕੋਈ ਕ੍ਰਿਮੀਨਲ ਬੈਕਗਰਾਊਂਡ ਨਾ ਹੋਵੇ। ਪਰ ਜਿਹੋ ਜਿਹਾ ਸਾਡਾ ਸਮਾਜ ਹੈਗਾ ਉਹਦੇ ਵਿੱਚ ਕਈ ਵਾਰ ਕ੍ਰਿਮੀਨਲ ਬੈਕਗਰਾਊਂਡ ਨਹੀਂ ਵੀ ਹੁੰਦੀ, ਸਮਾਂ ਬਣਾ ਦਿੱਤੀ ਜਾਂਦੀ ਹੈਗੀ ਹੈ। ਸਿਆਸੀ ਬੰਦਿਆਂ ਦੇ ਉੱਤੇ ਇਹ ਵੀ ਇੱਕ ਸਮੱਸਿਆ ਆ ਜਾਂਦੀ ਹੈਗੀ ਹੈ ਕਿ ਕਈ ਵਾਰ ਵਿਅਕਤੀ ਮਾੜਾ ਨਹੀਂ ਹੁੰਦਾ ਗਾ, ਉਸ ਦੇ ਉੱਤੇ ਜਾਣ ਬੁੱਝ ਕੇ ਉੱਥੇ ਝੂਠੇ ਕੇਸ ਥੋਪ ਦਿੱਤੇ ਜਾਂਦੇ ਹੈਗੇ, ਉੱਥੇ ਕਦੇ ਰੇਪ ਦਾ ਕੇਸ ਲਾ ਦਿੱਤਾ ਜਾਂਦਾ, ਕਦੇ ਉਸ ਦੇ ਉੱਤੇ ਲੋਕਾਂ ਨੂੰ ਭੜਕਾਉਣ ਦਾ ਦੋਸ਼ ਲਾ ਦਿੱਤਾ ਜਾਂਦਾ ਹੈਗਾ। ਅਤੇ ਇੱਕ ਇਹ ਵੀ ਕਿ ਬਹੁਤ ਸਾਰੀਆਂ ਚੀਜ਼ਾਂ ਦਾ ਜਿਹੜਾ ਨਿਰਣਾ ਹੈ ਉਹ ਸਮੇਂ ਨੇ ਕਰਨਾ ਹੁੰਦਾ, ਸਮੇਂ ਨੇ ਨਿਰਣਾ ਕਰਨਾ ਹੈਗਾ। ਭਗਤ ਸਿੰਘ ਆ ਜਿਹੜਾ ਉਹ ਕਿਸੇ ਨਾ ਕਿਸੇ ਅੰਗਰੇਜ਼ਾਂ ਦੇ ਲਈ ਤਾਂ ਉਹ ਬਦਮਾਸ਼ ਸੀ, ਅੰਗਰੇਜ਼ਾਂ ਦੇ ਲਈ ਉਹ ਅੱਤਵਾਦੀ ਸੀ, ਸਾਡੇ ਲਈ ਉਹ ਸ਼ਹੀਦ ਸੀ, ਸਾਡੇ ਲਈ ਉਹ ਦੇਸ਼ ਭਗਤ ਸੀ। ਸੋ ਇਹ ਰੂਪ ਪ੍ਰਤੀਰੂਪ ਤਾਂ ਚੱਲਦੇ ਰਹਿੰਦੇ ਨੇ। ਕ੍ਰਿਮੀਨਲ ਸਾਡਾ ਤਾਂ ਭਾਵ ਇਹ ਕਿ ਜਿਨ੍ਹਾਂ ਬੰਦਿਆਂ ਦੇ ਉੱਤੇ ਕੋਈ ਕੇਸ ਪ੍ਰੂਵ ਹੋ ਚੁੱਕਿਆ ਹੈਗਾ ਜਾਂ ਕੋਰਟ ਨੇ ਉਹਨਾਂ ਦੇ ਅਗੇਂਸਟ ਕੇਸ ਨੂੰ ਸਹੀ ਮੰਨਦਿਆਂ ਹੋਇਆਂ ਆਪਣੀ ਪ੍ਰੋਸੀਡਿੰਗ ਸਟਾਰਟ ਕਰ ਦਿੱਤੀ ਗਈ ਆ, ਕਮ ਸੇ ਕਮ ਅਜਿਹੇ ਵਿਅਕਤੀਆਂ ਨੂੰ ਜ਼ਰੂਰ ਦੂਰ ਰੱਖਣਾ ਚਾਹੀਦਾ। ਪਰ ਉਹਦਾ ਮਤਲਬ ਦੂਰ ਰੱਖਣ ਦਾ ਇਹ ਵੀ ਨਹੀਂ ਹੁੰਦਾ ਕਿ ਜੇ ਬੰਦੇ ਦੇ ਉੱਤੇ ਕੇਸ ਬਣ ਗਿਆ ਤਾਂ ਉਹਦੀ ਵਾਈਫ ਖੜ੍ਹੀ ਹੋ ਜਾਵੇ, ਉਹਦੀ ਪਤਨੀ ਖੜ੍ਹੀ ਹੋ ਜਾਵੇ, ਜੇ ਪਿਓ ਦੇ ਉੱਤੇ ਕੇਸ ਬਣ ਗਿਆ ਤਾਂ ਉਹਦਾ ਪੁੱਤਰ ਖੜ੍ਹਾ ਹੋ ਜਾਵੇ। ਇਹਦਾ ਭਾਵ ਤਾਂ ਇਹ ਹੈ ਕਿ ਉਹ ਸਿਰਫ ਕਿੰਨੀ ਚੋਰ ਮੋਰੀ ਬੰਦ ਕੀਤੀ ਜਾਂਦੀ ਆ, ਅਸਲ ਦੇ ਵਿੱਚ ਤਾਂ ਇਹਦੇ ਨਾਲ ਪੋਲੀਟਿਕਸ ਸਾਫ਼ ਨਹੀਂ ਹੋਊਗੀ, ਸਗੋਂ ਪੋਲੀਟਿਕਸ ਹੋਰ ਗੰਧਲੂਗੀ ਕਿ ਉਹ ਬੰਦੇ ਅੱਗੇ ਆ ਜਾਣਗੇ ਜਿਨ੍ਹਾਂ ਦੀ ਪੋਲੀਟਿਕਸ 'ਚ ਦਿਲਚਸਪੀ ਨਹੀਂ, ਪਰ ਸਿਰਫ ਕ੍ਰਿਮੀਨਲ ਰਿਕਾਰਡ ਨਾ ਹੋਣ ਕਰਕੇ ਉਹ ਆਪਦੇ ਪੁੱਤਰਾਂ ਭਤੀਜਿਆਂ ਭਾਣਜੀਆਂ ਪੁੱਤਰੀਆਂ ਨੂੰ ਅੱਗੇ ਲੈ ਆਉਣਗੇ, ਉਹ ਹੋਰ ਵੀ ਮਾੜੀ ਗੱਲ ਹੈ। ਤੁਸੀਂ ਆਪਦੀਆਂ ਪੁੱਤਰੀਆਂ ਭਾਣਜੀਆਂ ਦੀ ਗੱਲ ਕੀਤੀ ਹੈ ਕਿ ਪਰਿਵਾਰਵਾਦ ਦੀ ਗੱਲ ਕੀਤੀ ਹੈ ਕਿ ਇਹਨਾਂ ਪਾਰਟੀਆਂ 'ਚ ਪਰਿਵਾਰਵਾਦ ਭਰੂ ਹੈ, ਇਹੀ ਐਲੀਗੇਸ਼ਨ ਆਮ ਤੌਰ 'ਤੇ ਅਕਾਲੀ ਦਲ ਬਾਦਲ 'ਤੇ ਲੱਗਦਾ ਰਿਹਾ ਕਿ ਬਾਦਲ ਆਪਣੇ ਪਰਿਵਾਰ ਨੂੰ ਸਾਰਾ ਪਾਵਰ ਦੇ ਰਿਹਾ। ਦੂਜੇ ਪਾਸੇ ਉਹਦੇ ਮੁਕਾਬਲੇ 'ਚ ਉਹਦਾ ਪ੍ਰਚਾਰ, ਇਹੀ ਪ੍ਰਚਾਰ ਜ਼ਿਆਦਾ ਕਰ ਰਹੀ ਹੈ ਆਮ ਆਦਮੀ ਪਾਰਟੀ ਕਿ ਬਾਦਲ 'ਚ ਪਰਿਵਾਰਵਾਦ ਭਰੂ ਹੈ। ਅਤੇ ਕੀ ਕਿ ਆਮ ਆਦਮੀ ਪਾਰਟੀ ਵੀ ਇੱਕ ਅਰਵਿੰਦ ਕੇਜਰੀਵਾਲ ਜਿਹੜਾ ਮੇਨ ਹੈੱਡ ਹੈ ਪਾਰਟੀ ਦਾ, ਉਹਦੇ ਮੁਤਾਬਕ ਫੈਸਲੇ ਹੁੰਦੇ ਆ, ਸੁੱਚਾ ਸਿੰਘ ਛੋਟੇਪੁਰ ਨੂੰ ਕੱਢਣਾ ਜਾਂ ਹੋਰ ਸੀਟਾਂ ਬਦਲਣੀਆਂ ਸਾਰੀਆਂ, ਉਹਦਾ ਅਤੇ ਅਕਾਲੀ ਦਲ 'ਚ ਤੁਸੀਂ ਕੀ ਡਿਫਰੈਂਸ? ਦੇਖੋ, ਜਿੱਥੋਂ ਤੱਕ ਤਾਂ ਗੱਲ ਹੈਗੀ ਹੈ ਕਿ ਪੰਜਾਬ ਦੀ ਪੋਲੀਟਿਕਸ ਦੀ, ਅਤੇ ਬਹੁਤ ਵਾਰੀ ਇਹ ਗੱਲ ਕੀਤੀ ਜਾਂਦੀ ਹੈ ਕਿ ਸਿਰਫ 15 ਜਾਂ 16 ਘਰਾਣੇ ਹੀ ਆ ਜਿਹੜੇ ਰਾਜ ਕਰ ਰਹੇ ਆ, ਜਿਹੜੇ ਇੱਕ ਦੂਸਰੇ ਨਾਲ ਰਿਸ਼ਤੇਦਾਰੀਆਂ ਦੇ ਵਿੱਚ ਬੱਝੇ ਹੋਏ ਆ, ਇੱਕ ਦੂਸਰੇ ਨਾਲ ਆਰਥਿਕ ਤੌਰ 'ਤੇ ਬੱਝੇ ਹੋਏ ਆ। ਸਰਦਾਰ ਮੈਂ ਕਿ ਜੇ ਪ੍ਰਤਾਪ ਸਿੰਘ ਕਹਿ ਰਹੇ ਹੋ ਜੀ, ਮੈਂ ਕਿ ਉਹ ਰਿਸ਼ਤੇਦਾਰ ਸਨ ਆਪਣੇ, ਇੱਕ ਪਾਸੇ ਰਿਸ਼ਤੇਦਾਰ ਸਨ ਉਹ ਹਰਚਰਨ ਸਿੰਘ ਬਰਾੜ ਦੇ ਜਿਹੜੇ ਉਹ ਵੀ ਮੁੱਖ ਮੰਤਰੀ ਸਨ, ਦੂਜੇ ਪਾਸੇ ਉਹ ਰਿਸ਼ਤੇਦਾਰੀ ਉਹਨਾਂ ਦੀ ਪੈਂਦੀ ਸੀਗੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ, ਪ੍ਰਕਾਸ਼ ਸਿੰਘ ਬਾਦਲ ਦੀ ਅੱਗੋਂ ਰਿਸ਼ਤੇਦਾਰੀ ਪੈਂਦੀ ਹੈਗੀ ਆ ਮਜੀਠੀਆ ਪਰਿਵਾਰ ਨਾਲ, ਮਜੀਠੀਆ ਪਰਿਵਾਰ ਦੀਆਂ ਜਿਹੜੀਆਂ ਤੰਦਾਂ ਹੈ ਉਹ ਅੱਗੇ ਜਾ ਕੇ ਅਮਰਿੰਦਰ ਸਿੰਘ ਨਾਲ ਜੁੜ ਜਾਂਦੀਆਂ, ਅਮਰਿੰਦਰ ਸਿੰਘ ਦੀਆਂ ਜਿਹੜੀਆਂ ਤੰਦਾਂ ਹੈ ਉਹ ਅਗਲੇ ਪਾਸੇ ਜਾ ਕੇ ਸਿਮਰਨਜੀਤ ਮਾਨ ਨਾਲ ਜੁੜ ਜਾਂਦੀਆਂ। ਅਤੇ ਬਹੁਤ ਵਾਰੀ ਇਹ ਜਾਪਦਾ ਹੈਗਾ ਕਿ ਸਾਰੇ 17 ਜਾਂ 18 ਵੱਧ ਤੋਂ ਵੱਧ ਹੱਦ 20 ਘਰਾਣੇ ਆ ਜਿਨ੍ਹਾਂ ਦੀਆਂ ਆਪਸ ਵਿੱਚ ਰਿਸ਼ਤੇਦਾਰੀਆਂ ਅਤੇ ਪੰਜਾਬ ਦੀ ਸਿਆਸਤ ਉੱਤੇ ਉਹੀ ਕਾਬਜ਼ ਨੇ, ਅਤੇ ਇਹ ਗੱਲ ਤਾਂ ਸਾਰੀਆਂ ਪਾਰਟੀਆਂ ਦੇ ਉੱਤੇ ਹੀ ਹੈ। ਪਰ ਆਮ ਆਦਮੀ ਪਾਰਟੀ ਮੁਕਾਬਲਤਨ ਹਜੇ ਨਵੀਂ ਪਾਰਟੀ ਆ, ਇਹ ਭਵਿੱਖ ਬਾਰੇ ਨਹੀਂ ਕਿਹਾ ਜਾ ਸਕਦਾ ਕਿ ਉਹਦੇ ਵਿੱਚ ਪਰਿਵਾਰਵਾਦ ਚੱਲੂਗਾ ਕਿ ਨਹੀਂ, ਕੀ ਉਹਦੇ ਵਿੱਚ ਇਹ ਗੱਲ ਹੋਵੇਗੀ ਕਿ ਨਹੀਂ। ਪਰ ਅੱਜ ਦੀ ਘੜੀ ਹੈ ਜਿਹੜੀ, ਉਹਦੇ ਵਿੱਚ ਪਰਿਵਾਰਵਾਦ ਦੀ ਬਜਾਏ ਜਿਹੜੀ ਤੁਸੀਂ ਗੱਲ ਵੱਲ ਇਸ਼ਾਰਾ ਕੀਤਾ, ਸ਼ਖਸ਼ੀਅਤ ਪ੍ਰਸਤੀ ਹੈ ਜਿਹੜੀ, ਇੱਕ ਬੁੱਤ ਪ੍ਰਸਤੀ ਹੈ, ਇੱਕ ਵਿਅਕਤੀ ਨੂੰ ਅਹਿਮ ਮੰਨਣਾ, ਉਹ ਜ਼ਰੂਰ ਹੈਗਾ ਕਿ ਸਾਰੇ ਪੰਜਾਬ ਦੇ ਵਿੱਚ ਸਿਰਫ ਦੋ ਹੀ ਨਾਰੇ ਦਿਖਾਈ ਦਿੰਦੇ ਨੇ, ਇੱਕ ਤਾਂ ਇਹ ਨਾਰਾ ਦਿਖਾਈ ਦਿੰਦਾ ਕਿ ਅਰਵਿੰਦ ਕੇਜਰੀਵਾਲ ਸਾਰਾ ਪੰਜਾਬ ਤੇਰੇ ਨਾਲ, ਅਤੇ ਸਿਰਫ ਅਰਵਿੰਦ ਕੇਜਰੀਵਾਲ ਦੀ ਗੱਲ ਹੋ ਰਹੀ, ਆਮ ਆਦਮੀ ਪਾਰਟੀ ਦੀ ਗੱਲ ਨਹੀਂ ਹੋ ਰਹੀਗੀ ਉੱਥੇ। ਅਤੇ ਦੂਸਰੇ ਪਾਸੇ ਜਿਹੜਾ ਨਾਰਾ ਹੋ ਰਿਹਾ ਹੈਗਾ ਕਿ ਉਸ ਦੇ ਸਾਥੀ, ਸਿਰਫ ਉਸ ਇਲਾਕੇ ਦੇ ਵਿੱਚ ਇੱਕੋ ਹੀ ਸਾਥੀ ਆ, ਬਾਕੀ ਸਾਥੀ ਨਹੀਂ, ਇਸ ਤਰ੍ਹਾਂ ਲੱਗਦਾ। ਸ਼ਾਇਦ ਕਿਤੇ ਨਾ ਕਿਤੇ
ਜਿਹੜਾ ਉਹਨਾਂ ਦਾ ਮੁੱਢਲਾ ਕਿਤਾਬਚਾ ਸੀਗਾ ਜਿਹਨੂੰ ਮੁੱਢਲੇ ਸਿਧਾਂਤ ਕਹਿੰਦੇ ਆ, ਸਵਰਾਜ ਜਿਹੜਾ ਸਿਧਾਂਤ ਸੀਗਾ ਉਹਨਾਂ ਦੀ, ਸਵਰਾਜ ਜਿਹੜਾ ਉਹਨਾਂ ਦਾ ਸੀ, ਉਹਦੇ ਵਿੱਚ ਤਾਂ ਇਹ ਸੀਗਾ ਕਿ ਅਸੀਂ ਮਹੱਲਾ ਕਮੇਟੀਆਂ ਬਣਾਵਾਂਗੇ, ਅਸੀਂ ਥੱਲਿਓਂ ਲੋਕਾਂ ਨੂੰ ਉੱਪਰ ਚੁੱਕਾਂਗੇ, ਪਰ ਕਿਤੇ ਨਾ ਕਿਤੇ ਉਹਦੇ ਵਿੱਚ ਪਾਰਟੀ ਦੇ ਵਿੱਚ ਵੀ ਲੱਗਦਾ ਕਿ ਜਿਹੜੀਆਂ ਟਿਕਟਾਂ ਦੀ ਵੰਡ ਹੈਗੀ ਆ ਉਹ ਵਿਅਕਤੀਆਂ ਦੇ ਪ੍ਰਭਾਵ ਨੂੰ ਵੇਖ ਕੇ ਜਾਂ ਜਿੱਤ ਨੂੰ ਵੇਖ ਕੇ ਮੰਨੀ ਜਾ ਰਹੀ ਹੈ। ਜਦੋਂ ਅਸੀਂ ਜਿੱਤ ਨੂੰ ਵੇਖ ਕੇ ਕਿਸੇ ਪਾਰਟੀ ਨੂੰ ਟਿਕਟ ਦਿੰਦੇ ਹਾਂ ਉੱਥੇ ਇੱਕ ਸਥਿਤੀ ਉਤਪੰਨ ਹੋ ਜਾਂਦੀ ਹੈ ਕਿ ਇਹ ਜ਼ਰੂਰੀ ਨਹੀਂ ਕਿ ਜਿੱਤਣ ਵਾਲਾ ਚੰਗਾ ਬੰਦਾ ਵੀ ਹੋਵੇ, ਸਿਰਫ ਜਿੱਤਣਾ ਹੀ ਆ ਜਿਹੜਾ ਉਹ ਵੀ ਮਹੱਤਵਪੂਰਨ ਹੋ ਜਾਂਦਾ। ਅਤੇ ਜਿੱਤਣ ਵਾਲੇ ਬੰਦੇ ਕੋਲ ਹੋ ਸਕਦਾ ਜਿਹੜਾ ਉਹ ਪੈਸਾ ਲਾ ਰਿਹਾ ਚੋਣਾਂ ਵਿੱਚ ਉਹ ਪੈਸਾ ਗਲਤ ਢੰਗ ਨਾਲ ਕਮਾਇਆ ਹੋ ਸਕਦਾ ਹੈ, ਜਿਹਦੇ ਕਰਕੇ ਉਹਨੂੰ ਲੋਕ ਵੋਟਾਂ ਪਾ ਰਹੇ ਉਹ ਤੋਂ ਡਰ ਕੇ ਵੋਟਾਂ ਪਾ ਰਹੇ ਹਨ, ਉਹ ਬਹੁਤ ਵੱਡਾ ਕ੍ਰਿਮੀਨਲ ਹੋ ਗਿਆ। ਸੋ ਜਿੱਤਣਾ ਜਿਹੜਾ ਸਿਰਫ ਇਹ ਹੀ ਇੱਕ ਮਾਪਦੰਡ ਮੱਤ ਲੈਣਾ ਪਾਰਟੀਆਂ ਸਾਰੀਆਂ ਦੇ ਵਿੱਚ ਹੀ ਹੈ, ਇਹ ਗੱਲ ਜੇ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਵਿੱਚ ਵੀ ਆ ਰਹੀ ਹੈ ਤਾਂ ਉਹਦੀ ਮਾੜੀ ਗੱਲ ਹੈ। ਇੱਕ ਤਰ੍ਹਾਂ ਨਾਲ ਲੱਗਦਾ ਕਿ ਮੂਲ ਸਿਧਾਂਤਾਂ ਤੋਂ ਪਾਸੇ ਜਾਣ ਵਾਲੀ ਗੱਲ, ਪਰ ਹਾਲ ਦੀ ਘੜੀ ਇੰਨਾ ਜ਼ਰੂਰ ਹੈਗਾ ਕਿ ਉਸ ਤਰ੍ਹਾਂ ਦਾ ਪਰਿਵਾਰਵਾਦ ਨਹੀਂ ਹੈ ਜਿਸ ਤਰ੍ਹਾਂ ਦਾ ਅਕਾਲੀਆਂ ਜਾਂ ਕਾਂਗਰਸੀਆਂ ਵਿੱਚ ਦਿਖਾਈ ਦੇ ਰਿਹਾ। ਪਿਛਲੇ ਦਿਨੀਂ ਸੁਪਰੀਮ ਕੋਰਟ ਨੇ ਇੱਕ ਬਹੁਤ ਅਹਿਮ ਫੈਸਲਾ ਦਿੱਤਾ ਕਿ ਤੁਸੀਂ ਧਰਮ ਦੇ ਨਾਂ 'ਤੇ ਵੋਟਾਂ ਨਹੀਂ ਮੰਗ ਸਕਦੇ, ਅਤੇ ਪੰਜਾਬ ਦੀ ਰਾਜਨੀਤੀ ਦਾ ਇਤਿਹਾਸ ਹੀ ਹੈ ਕਿ ਇੱਥੇ ਧਰਮ ਦੇ ਨਾਂ 'ਤੇ ਸਰਕਾਰ ਬਣਦੀ ਹੈ, ਕੋਈ ਵੀ ਹਿੰਦੂ ਮੁੱਖ ਮੰਤਰੀ ਨਹੀਂ ਬਣਦਾ। ਜੇ ਕਾਂਗਰਸ ਮੰਗਦੀ ਹੈ ਤਾਂ ਵੀ ਸਿੱਖਾਂ, ਕਿਉਂਕਿ ਬਹੁ ਗਿਣਤੀ ਸਿੱਖ ਨੇ ਪੰਜਾਬ 'ਚ, ਇਸ ਕਰਕੇ ਸਿੱਖਾਂ ਨੂੰ ਟਾਰਗੇਟ ਕਰਕੇ ਉਹ ਪੋਲਸੀਆਂ ਬਣਾਉਂਦੀ ਹੈ, ਸਿੱਖਾਂ ਨੂੰ ਟਾਰਗੇਟ ਕਰਕੇ ਜਿਹੜੇ ਚੋਣ ਮੈਨੀਫੈਸਟੋ ਬਣਾਏ ਜਾਂਦੇ ਆ। ਇਹਦਾ ਹੁਣ ਸੁਪਰੀਮ ਕੋਰਟ ਦੇ ਜਿਹੜਾ ਫੈਸਲਾ ਉਹਦਾ ਪੰਜਾਬ ਦੀਆਂ ਚੋਣਾਂ 'ਤੇ ਕੀ ਅਸਰ ਹੋਏਗਾ? ਦੇਖੋ, ਵੈਸੇ ਤਾਂ ਭਾਰਤੀ ਜਿਹੜਾ ਸੰਵਿਧਾਨ ਆ ਉਹੀ ਇਹ ਕਹਿੰਦਾ ਹੈਗਾ ਕਿ ਜਿਹੜਾ ਭਾਰਤ ਹੈਗਾ ਉਹ ਧਰਮ ਨਿਰਪੱਖ ਹੈਗਾ, ਅਤੇ ਇਸ ਲਈ ਇਹਦੇ ਵਿੱਚ ਵੋਟਾਂ ਜਿਹੜੀਆਂ ਉਹ ਧਰਮ ਦੇ ਆਧਾਰ 'ਤੇ ਨਹੀਂ ਮੰਨਣੀਆਂ ਚਾਹੀਦੀਆਂ। ਜਾਂ ਸੁਪਰੀਮ ਕੋਰਟ ਨੇ ਫੈਸਲਾ ਦਿੱਤਾ ਤਾਂ ਸਿਰਫ ਉਹ ਸੰਵਿਧਾਨ ਦੀ ਭਾਵਨਾ ਦੀ ਹੀ ਪੁਸ਼ਟੀ ਕਰ ਰਿਹਾ ਹੈ। ਰਹੀ ਗੱਲ ਵੋਟਾਂ ਮੰਗਣ ਸਮੇਂ, ਇੱਕ ਇੱਕ ਜ਼ਾਹਰਾ ਤੌਰ 'ਤੇ ਵੋਟਾਂ ਮੰਗਣੀਆਂ, ਅਤੇ ਇੱਕ ਇਹ ਹੈ ਕਿ ਜ਼ਾਹਰਾ ਤੌਰ 'ਤੇ ਭਾਵਾਂ ਨਾ ਵੀ ਕਿਹਾ ਜਾਵੇ ਪਰ ਅੰਦਰ ਖਾਤੇ ਵੋਟਰ ਨੂੰ ਅਤੇ ਵੋਟਰ ਦੇ ਨੇਤਾ ਨੂੰ ਪਤਾ ਹੁੰਦਾ ਕਿ ਉਹ ਕਿਹੜਿਆਂ ਸੈਂਟੀਮੈਂਟਸ ਨੂੰ, ਕਿਹੜੀਆਂ ਭਾਵਨਾਵਾਂ ਨੂੰ ਉਹ ਟੁੰਬ ਰਿਹਾ ਜਾਂ ਕਿਹਨਾਂ ਨੂੰ ਭੜਕਾ ਰਿਹਾ ਹੈ। ਅਕਾਲੀ ਦਲ ਤਾਂ ਇਹ ਵੀ ਮੰਨ ਕੇ ਚੱਲਦਾ ਹੈਗਾ ਕਿ ਧਰਮ ਅਤੇ ਰਾਜਨੀਤੀ ਨੂੰ ਅੱਡ ਅੱਡ ਨਹੀਂ ਕੀਤਾ ਜਾ ਸਕਦਾ। ਉਹ ਤਾਂ ਗੁਰੂ ਸਾਹਿਬ ਦਾ ਉਦਾਹਰਣ ਵੀ ਦਿੰਦੇ ਨੇ ਕਿ ਗੁਰੂ ਸਾਹਿਬ ਨੇ ਇੱਕ ਮੀਰੀ ਦੀ ਅਤੇ ਇੱਕ ਪੀਰੀ ਦੀ ਤਲਵਾਰ ਪਹਿਨੀ ਸੀਗੀ, ਉਹ ਤਾਂ ਕਹਿੰਦੇ ਹੈਗੇ ਕਿ ਹਰਿਮੰਦਰ ਸਾਹਿਬ ਜੇ ਅਧਿਆਤਮਿਕ ਸ਼ਕਤੀ ਦਾ ਕੇਂਦਰ ਆ ਤਾਂ ਅਕਾਲ ਤਖ਼ਤ ਦਾ ਜਿਹੜਾ ਉਹ ਪਦਾਰਥਕ ਜਾਂ ਦੁਨਿਆਵੀ ਸ਼ਕਤੀ ਦਾ ਪ੍ਰਤੀਕ ਹੈਗਾ, ਅਤੇ ਦੋਵੇਂ ਨਾਲੋਂ ਨਾਲ ਚੱਲਣੀਆਂ ਚਾਹੀਦੀਆਂ। ਸੋ ਜਿੱਥੋਂ ਤੱਕ ਹੈਗਾ ਕਿ ਅੰਦਰ ਖਾਤੇ ਤਾਂ ਕਿਤੇ ਨਾ ਕਿਤੇ ਸਾਰੀਆਂ ਪਾਰਟੀਆਂ ਦੇ ਵਿੱਚ ਹੀ ਇਹ ਗਿਣਤੀਆਂ ਮਿਣਤੀਆਂ ਚੱਲਦੀਆਂ ਰਹਿੰਦੀਆਂ, ਪਰ ਜੇ ਸੁਪਰੀਮ ਕੋਰਟ ਨੇ ਇਹ ਫੈਸਲਾ ਦਿੱਤਾ ਹੈਗਾ, ਲੋਕ ਹੁਣ ਸਿਆਣੇ ਹੋ ਰਹੇ ਆ, ਤਾਂ ਉਹ ਜੇ ਧਰਮ ਤੋਂ ਉੱਪਰ ਉੱਠ ਕੇ ਨੀਤੀਆਂ ਦੇ ਆਧਾਰ 'ਤੇ ਉਮੀਦਵਾਰ ਦੇ ਕੰਮ ਦੇ ਆਧਾਰ 'ਤੇ ਵੋਟਾਂ ਪਾਉਣ ਤਾਂ ਉਹ ਕਿਤੇ ਨਾ ਕਿਤੇ ਚੰਗੀ ਗੱਲ ਹੋ ਸਕਦੀ। ਫਿਰ ਵੀ ਡਾਕਟਰ ਸਾਹਿਬ, ਅੰਦਾਜ਼ਾ ਤਾਂ ਲਾਇਆ ਜਾ ਸਕਦਾ ਹੈ ਕਿ ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਤੋਂ ਬਾਅਦ 'ਚ ਕਿਸ ਪਾਰਟੀ ਦੀ ਸਰਕਾਰ ਬਣਦੀ ਵੱਧ ਸੰਭਾਵਨਾ? ਦੇਖੋ, ਜੇ ਅੱਜ ਦੀ ਅਸੀਂ ਗੱਲ ਕਰੀਏ ਤਾਂ ਅੱਜ ਤਿੰਨੇ ਹੀ ਪਾਰਟੀਆਂ ਲਗਭਗ ਇੱਕੋ ਜਿਹੀ ਵੋਟ ਸ਼ੇਅਰਿੰਗ 'ਤੇ ਖੜੀਆਂ ਨੇ ਕਿ ਸਾਰਿਆਂ ਕੋਲ ਹੀ ਕਿਹਾ ਜਾ ਸਕਦਾ ਕਿ 30% ਵੋਟ ਹੈਗੀ ਆ, ਪਰ ਜਿਹੜੀ 10% ਫਲੋਟਿੰਗ ਵੋਟ ਆ ਉਹ ਕਿਸ ਪਾਸੇ ਪੈਂਦੀ ਆ ਉਹਨੇ ਜਿੱਤ ਦਾ ਨਿਰਣਾ ਕਰਨਾ ਹੈ। ਇਹ ਫਲੋਟਿੰਗ ਵੋਟ ਆ ਜਿਹੜੀ ਜਿਹਨੇ ਨਿਰਣਾ ਕਰਨਾ ਹੈਗਾ, ਹਾਲ ਦੀ ਘੜੀ ਹਜੇ ਹੁਣੇ ਹੀ ਚੋਣ ਜਾਬਤਾ ਲੱਗਿਆ, ਹਜੇ ਅਕਾਲੀ ਦਲ ਦੀ ਸਰਕਾਰ ਦੀ ਜਿਹੜੀ ਪਕੜ ਆ ਉਹ ਢਿੱਲੀ ਪੈਣੀ ਸ਼ੁਰੂ ਹੋਣੀ, ਇਸ ਦੇ ਨਾਲ ਹੀ ਹਜੇ ਸਾਰੀਆਂ ਸੀਟਾਂ 'ਤੇ ਐਲਾਨ ਨਹੀਂ ਕੀਤਾ ਕਾਂਗਰਸ ਨੇ ਐਲਾਨ ਕਰਨਾ, ਉਹਦੇ ਨਾਲ ਫੁੱਟ ਸਾਹਮਣੇ ਆਉਣੀ ਆ, ਉਹਦੇ ਨਾਲ ਨਾਰਾਜ਼ਗੀਆਂ ਵਧਣੀਆਂ। ਉਸ ਤੋਂ ਬਾਅਦ, ਅੱਜ ਤੋਂ ਬਾਅਦ ਤਿੰਨਾਂ ਹੀ ਪਾਰਟੀਆਂ ਦੇ ਤਿੰਨਾਂ ਹੀ ਕੈਂਡੀਡੇਟਸ ਨੇ ਲੋਕਾਂ ਵਿੱਚ ਜਾਣਾ। ਲੱਗਦਾ ਹੈ ਕਿ 10 ਜਾਂ 15 ਦਿਨਾਂ ਤੱਕ ਹਾਲਤ ਵਧੇਰੇ ਅੱਜ ਨਾਲੋਂ ਸਪੱਸ਼ਟ ਹੋ ਸਕਦੀ ਹੈ ਕਿ ਕਿਹੜੀ ਪਾਰਟੀ ਅੱਗੇ ਜਾ ਰਹੀ ਹੈ ਜਾਂ ਜਿੱਤ ਰਹੀ ਹੈ। ਅੱਜ ਹਜੇ ਇਸ ਕਰਕੇ ਵੀ ਕੁਝ ਨਹੀਂ ਕਿਹਾ ਜਾ ਸਕਦਾ ਕਿ ਸਾਰੀਆਂ ਪਾਰਟੀਆਂ ਨੇ ਜਿਹੜੇ ਆਪਣੇ ਤਰੁੱਪ ਦੇ ਪੱਤੇ ਰੱਖੇ ਹੋਏ ਆ, ਜਿਹੜੀਆਂ ਉਹਨਾਂ ਨੇ ਚਾਲਾਂ ਚੱਲਣੀਆਂ, ਉਹ ਜੇ ਚਾਲਾਂ ਨਹੀਂ ਚੱਲੀਆਂ। ਜਦੋਂ ਉਹ ਚਾਲਾਂ ਚੱਲ ਲਈਆਂ ਉਸ ਤੋਂ ਬਾਅਦ ਇੱਕ ਗੱਲ ਪੱਕੀ ਹੈਗੀ ਆ ਕਿ ਕਿਤੇ ਨਾ ਕਿਤੇ ਜੇ ਸਰਕਾਰ ਦੀ ਸਥਾਪਤੀ ਦੇ ਵਿਰੁੱਧ ਇੱਕ ਆਵਾਜ਼ ਉੱਠ ਰਹੀ ਹੈਗੀ ਆ, ਜੇ ਮੈਂ ਕਿ ਲੋਕਾਂ ਨੇ ਇਹ ਮਸਲੇ ਨੂੰ ਮਨ ਦੇ ਵਿੱਚ ਵਸਾ ਲਿਆ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਆ, ਪੰਜਾਬ ਦੇ ਵਿੱਚ ਬੇਰੁਜ਼ਗਾਰਾਂ ਨੂੰ ਓਨਾ ਰੁਜ਼ਗਾਰ ਨਹੀਂ ਮਿਲਿਆ ਜਿੰਨੇ ਦੀ ਆਸ ਆ, ਤਾਂ ਫਿਰ ਹੀ ਲੱਗਦਾ ਹੈਗਾ ਕਿ ਲੋਕ ਕਾਂਗਰਸ ਜਾਂ ਆਪ ਪਾਰਟੀ ਵੱਲ ਝੁਕਣਗੇ। ਹੁਣ ਆਪ ਅਤੇ ਕਾਂਗਰਸ ਪਾਰਟੀ ਦੇ ਵਿੱਚ ਇਹ ਕਿ ਕਾਂਗਰਸ ਆਮ ਲੋਕਾਂ ਨੇ ਪਹਿਲਾਂ ਵੀ ਵੇਖੀ ਹੋਈ ਆ, ਅਤੇ ਵੱਡਾ ਉਹਨਾਂ 'ਤੇ ਦੋਸ਼ ਆ ਕਿ ਉਹਨਾਂ ਨੇ ਬਲੂ ਸਟਾਰ ਆਪਰੇਸ਼ਨ ਕਰਾਇਆ। ਵੱਡੀ ਗੱਲ ਇਹ ਕਿ ਉਹਨਾਂ ਨੇ 60 ਸਾਲ ਲਗਭਗ ਅੱਧੀ ਸਦੀ ਤੋਂ ਵੱਧ ਰਾਜ ਕੀਤਾ, ਪਰ ਲੋਕਾਂ ਦੇ ਪੱਲੇ ਕੁਝ ਨਹੀਂ ਪਿਆ, ਅਤੇ ਹੋ ਸਕਦਾ ਕਿ ਲੋਕ ਕਿਤੇ ਆਪ ਪਾਰਟੀ ਵੱਲ ਝੁਕ ਜਾਣ। ਮੈਨੂੰ ਨਿੱਜੀ ਤੌਰ 'ਤੇ ਇਹ ਜਾਪਦਾ ਕਿ ਜੇ
ਲੋਕਾਂ ਨੇ ਨਿਰਣਾ ਕਰ ਲਿਆ ਤਾਂ ਹੋ ਸਕਦਾ ਹੈਗਾ ਕਿ ਸਾਰੇ ਦੀਆਂ ਸਾਰੀਆਂ ਸੀਟਾਂ ਆਪ ਕੋਲ ਆ ਜਾਣ। ਨਹੀਂ, ਜ਼ਿਆਦਾ ਸੰਭਾਵਨਾ ਅੱਜ ਦੀ ਸਥਿਤੀ ਦੇ ਵਿੱਚ ਹੰਗ ਵਿਧਾਨ ਸਭਾ ਬਣਨ ਦੀ ਵੀ ਹੈ ਕਿ ਹੋ ਸਕਦਾ ਕਿ ਕੋਈ ਵੀ ਪਾਰਟੀ ਨਾ ਜਿੱਤ ਪ੍ਰਾਪਤ ਕਰ ਸਕੇ। ਦੋਸਤੋ, ਅੱਜ ਲਈ ਇੰਨਾ ਹੀ। ਡਾਕਟਰ ਸਾਹਿਬ, ਤੁਸੀਂ ਸਾਡੇ ਲਈ ਟਾਈਮ ਕੱਢਿਆ, ਤੁਹਾਡਾ ਬਹੁਤ ਬਹੁਤ ਧੰਨਵਾਦ। ਮਿਹਰਬਾਨੀ।